ਹਾਂਜੀ, ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ? ਵੈਲਕਮ ਆ ਜੀ ਆਪਣੇ ਵੀਡੀਓ ਦੇ ਵਿੱਚ। ਅਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆਪਾਂ ਟੋਚਣ ਲਈ ਰੈਡੀ ਕਰਤੇ ਟਰੈਕਟਰ ਅਤੇ ਦੇਖਿਓ ਅੱਗੇ ਕਿ ਨਾ 11 ਨੰਬਰ ਟਾਇਰ 'ਤੇ ਦੇਖੋ ਹੁਣ ਤੱਕ ਨੇ ਸਟਾਰਟ ਹੋਣੀ। ਸੋਹਣਾ ਲੱਗਦਾ ਟਰੈਕਟਰ ਟਾਇਰਾਂ ਨਾਲ। ਆ ਹੋਰ ਵੱਡੇ ਪਾਸੇ ਪਹਿਲਾਂ 10 ਨੰਬਰ ਸੀ, ਇਹੋ ਜਿਹੇ ਹੁਣ 11 ਪਾਸੇ। ਸੋਰੀ ਭਾਈ ਜੀ, ਦੇਖੀ ਜੀ ਪਰਸੋਂ ਦਾ ਟਾਇਰ ਹੋਇਆ, ਗ੍ਰਿਪ ਥੋੜੀ ਹੋਈ ਤੁਸੀਂ। ਉਹ ਆ ਵਿੱਚ ਕੀ ਕਰਦਾ ਹੁੰਦਾ ਫੜ ਕੇ? ਕਾਕੇ ਨਹੀਂ ਟਲਿਆ, ਪਾ ਲਿਆ ਟੋਲ ਸਟੇਸ਼ਨ ਕੀ ਰਿਪੋਰਟ ਹੈ, ਕੀ ਕਰਨਾ ਹੁਣ? ਗਾਇਸ ਟਾਇਰ ਚੇਂਜ ਕਰਨ ਲੱਗੇ ਆ, ਹੁਣ ਆਪਾਂ ਟਾਇਰ ਬਦਲਨੇ ਆ। ਆਹਾ ਨਵੇਂ ਜਮਾ ਨਵੇਂ ਆ ਇਹ 16 ਦੇ ਟਾਇਰ ਕਿ ਪਰਸੋਂ ਹੀ ਪਵਾ ਕੇ ਲਿਆਏ ਸੀ ਜਿਹੜੇ ਆਪਾਂ ਸਪੌਂਸਰ ਹੋਏ ਸੀਗੇ ਤੇ ਅਗਲੇ 11 ਨੰਬਰ। ਹੁਣ ਆਹ ਟਾਇਰ ਖੋਲ ਕੇ ਆਪਾਂ ਸਣੇ ਰਿਮ ਉਹਦੇ ਪਾਵਾਂਗੇ ਤੇ ਉਹਦੇ ਵਾਲੇ ਆਪਣੇ ਵਾਲੇ ਪਾਵਾਂਗੇ ਤੇ ਉਹ ਟਰੈਕਟਰ ਚੱਲੂਗਾ 10 ਨੰਬਰ। ਹਾਂ ਇਹਦੇ ਚਿੱਟੇ ਹੋ ਜਾਣਗੇ ਰਿਮ, ਉਹ ਚੱਲੂਗਾ 10 ਤਰੀਕ ਨੂੰ ਚਾਂਦਪੁਰੇ। ਤੈਨੂੰ ਬਲੌਗ ਨਹੀਂ ਦੇਣ ਦੇਣਾ ਸੀ, ਵਲੌਗ ਤਾਂ ਤੂੰ ਦੇਖੀ, ਵਲੌਗ ਤਾਂ ਜਾਂਦੇ ਨੂੰ ਪੈ ਗਿਆ। ਬਦਲੀ ਜਾਂਦੇ ਟਾਇਰ ਹੋਲੈਂਡ ਵਾਲੇ, ਇਹਦੇ ਪਾ ਚਾਹੁੰਦੀ ਵਾਲੇ ਹੋਲੈਂਡ ਦੇ ਪਾ ਦਿਆਂਗੇ ਅਤੇ ਰਿਮ ਉਹੀ ਰੱਖੇ ਆ ਬਸ, ਥੱਲੇ ਕੜੇ ਚੇਂਜ ਕਰਤੇ ਕਿਉਂਕਿ ਫਿੱਟ ਨਹੀਂ ਆ ਸੀਗੇ। ਅਤੇ ਬਾਕੀ ਤੁਹਾਨੂੰ ਦਿਖਾਉਣੇ ਆ ਅੱਗੇ ਅੱਗੇ ਕੀ ਕੁਛ ਕਰਦੇ ਹਾਂ। ਦੇਖ ਲਓ ਆਹ ਟਾਇਰ ਚਾਹੁੰਦੀ ਵਾਲਾ, ਹੁਣ ਇਹਦੇ ਆ ਪਤਾ ਹੀ ਤੁਹਾਨੂੰ, ਅਤੇ ਲੱਗੇ ਪਏ ਆ ਹੁਣ ਬਦਲਣ। ਲਾਈਕ ਕਰਦੇ ਹੋ ਸਾਰੇ ਜਣੇ, ਬਾਕੀ ਤੁਹਾਨੂੰ ਵਿਖਾਉਣੇ ਆ ਅੱਗੇ ਅੱਗੇ। ਆਪਾਂ ਹੁਣ ਚੈੱਕ ਕਰਾਂਗੇ ਗੰਜਾ ਟਰੈਕਟਰ ਤੇ ਆ ਨਿਊ ਹੋਲੈਂਡ ਬਰਾੜ ਚ ਕੀ ਆ। ਹਾਲੋ ਜੀ,
ਹੁਣ ਜੈਕ ਲਾਉਂਦਾ ਜਸ਼ਨ ਤੇ ਕਰਨਾ ਕੀ ਇਹਦਾ ਅੱਗੇ ਚੈੱਕ ਲਾ ਕੇ ਗੰਜਾ ਲਓ ਬਾਈ ਇਹਨੂੰ ਕੰਮ ਤੇ ਰੱਖ ਲਿਆ ਇਹਨਾਂ ਨੇ ਚੈੱਕ ਲਾ ਕੇ ਕੀ ਕਰਨਾ ਇਹਦੇ ਟਾਇਰ ਖੋਲਣੇ ਮੂਹਰਲੇ ਦੋ ਟਾਇਰ ਦੇ ਸਪੈਂਡਲ ਟੁੱਟ ਜਾਣਗੇ ਤੈਨੂੰ ਕੀ ਸੁਣਿਆ ਸਪੈਂਡਲ ਟੁੱਟ ਜਾਣਗੇ ਮੈਂ ਕਿਹਾ ਰਿਮ ਟੁੱਟ ਜਾਣਗੇ ਸਾਡੇ ਟਾਇਰਾਂ ਦੇ ਬਸ ਓਏ ਜੈਕ ਤੇ ਖੜਾ ਰਹਿਟ ਟਾਇਰ ਬਦਲ ਦੇ ਨਾ ਵੇਟ ਵੀ ਲਾਈ ਜਾਂਦੇ ਆਪਾਂ ਟਿਮਰੀ ਕਿੱਥੇ ਆਉਂਦੀ ਰੰਗ ਬਚਾਉਣ ਵਾਸਤੇ ਆਪਾਂ ਕੱਪੜਾ ਜਿਹਾ ਪਾਲਿਆ ਸੀਗਾ ਨਹੀਂ ਤਾਂ ਸਾਰਾ ਐਸੀ ਤੈਸੀ ਹੋ ਗਿਆ ਉਹਨਾਂ ਨੇ ਉੱਧਰਲਾ ਟਾਇਰ ਖੋਲ ਲਿਆ ਬਾਹਲਾ ਟਾਈਮ ਲੱਗ ਗਿਆ ਅੱਜ ਦਾ ਟਾਇਰ ਬਦਲਣ ਤੇ ਪਹਿਲਾਂ ਟਾਇਰ ਸੈੱਟ ਨਹੀਂ ਆਇਆ ਸੀਗਾ ਬੜਾ ਪੰਗਾ ਪਿਆ ਖੋਲਿਆ ਜੜਿਆ ਬਹੁਤ ਔਖਾ ਹੋਇਆ ਕੰਮ ਕਿੱਥੋਂ ਲਿਆਉਣੇ ਵੀਰ ਲਓ ਬਈ ਆਹ ਪਿਆ ਇੱਧਰਲਾ ਬੇਟਾ ਤੇ ਆਪਾਂ ਟਾਇਰ ਖੋਲਤਾ ਇੱਧਰਲਾ ਇਹਨਾਂ ਨੇ ਤੇ ਹੁਣ ਅਰਵਿੰਦ ਲੈ ਕੇ ਚੱਲਿਆ ਹੌਲੀ ਹੌਲੀ ਪਿੱਛੇ ਲਿਆ 47 ਕੇਜੀ ਹੁਣ ਆਹ ਟਾਇਰ ਖੋਲਣਾ ਆਪਾਂ ਫਰਕ ਦੇਖੋ ਕਿੰਨਾ ਅਪੋਲੋ ਦੇ ਥੋੜ੍ਹੇ ਇਹਦੇ ਗੁਡੀਅਰ ਦੇ ਥੋੜ੍ਹੇ ਚੌੜੇ ਲੱਗਦੇ ਆ ਜਾਂ ਅਪੋਲੋ ਦੇ ਆ ਇਹ ਵੀ ਨਵੇਂ ਆ ਇਹ ਥੋੜ੍ਹੇ ਜਿਹੇ ਛੋਟੇ ਜਿਹੇ ਲੱਗਦੇ ਆ ਮਤਲਬ ਸਾਈਡਾਂ ਤੋਂ ਆਹ ਨਿਕਲੇ ਹੋਏ ਸਾਈਡਾਂ ਤੋਂ ਆਏ ਆ ਥੋੜ੍ਹੇ ਥੋੜ੍ਹੇ ਚੌੜੇ ਜਿਹੇ ਆਹ ਦੇਖੋ ਇੰਨਾ ਫਰਕ ਆ ਆਹ ਹੈਗਾ ਆਪਣੇ ਦਾ ਗੁਡੀਅਰ ਦਾ ਅਤੇ ਆਹ ਹੈਗਾ ਸੀਟ ਦਾ ਅਪੋਲੋ ਦਾ ਅਤੇ ਬਾਈਕ ਚੈੱਕ ਲਾਈ ਜਾਂਦਾ ਅਤੇ ਹੁਣ ਉੱਧਰਲਾ ਟਾਇਰ ਵੀ ਖੋਲ੍ਹ ਦਿੰਦੇ ਆਪਾਂ ਅਤੇ ਇੱਧਰ ਆ ਵੇਟ ਕਰਕੇ ਜਾਂਦੇ ਆ ਕਰਕੇ ਇਹਦੇ ਫਿੱਟ ਕਰਦੇ ਹਾਂ ਅਤੇ ਓਲੈਂਡ ਵਾਲਾ ਉਹਦੇ ਹੁਣ ਕਰਨ ਲੱਗੇ ਆ ਫਿੱਟ ਪਾਏ ਆ ਹੁਣ ਕਸਣ ਅਤੇ ਬਾਕੀ ਤੁਹਾਨੂੰ ਵਿਖਾਉਣੇ ਆ ਅੱਗੇ ਆਪਾਂ ਚੈੱਕ ਕਰਾਂਗੇ ਬਹੁਤ ਟਾਈਮ ਹੋ ਗਿਆ 2 ਘੰਟੇ ਹੋ ਗਏ ਹੁਣ 2 ਜਾਂ 3 ਘੰਟੇ ਹੋ ਗਏ ਸਾਨੂੰ ਲੱਗਿਆ ਨੂੰ
ਮੈਂ ਕਹਿਣ ਲੱਗਿਆ ਸੀ ਓਏ ਟੋਰਚਨ ਲਾਉਣੇ ਸੌਖੇ ਨੀ, ਦੇਖੋ ਕਿੰਨਾ ਪੰਗਾ ਕਰ ਰਹੇ। ਅਗਲਾ ਕਹੂਗਾ ਨਾ ਕਰੋ ਸਾਡੇ ਵਾਸਤੇ ਕਰ ਦਿਓ। ਉਦੋਂ ਤਾਂ ਮਿੰਟ ਚ ਵੇਖੋ ਕੀ ਤਾਂ ਫਿਰ ਐਂ ਕਰਦੇ ਨੇ ਘਰੇ ਬੈਠੇ ਯੂਟਿਊਬ ਖੋਲਿਆ, ਯੂਟਿਊਬ ਖੋਲਿਆ ਆ ਨੱਪਿਆ ਟਰੈਕਟਰ ਟੋਚਣ। ਸਹੀ ਗੱਲ ਹੈ, ਵਿਹਲੇ ਖੜੇ ਸੀਗੇ ਖੋਲਣ ਲੱਗ ਗਏ ਦਾ ਸ਼ੋ ਫੈਸਿਲਿਟੀ ਨੱਪ ਕੇ ਹੈਲੋ ਹੈਲੋ ਹੋ ਗਈ ਓਏ ਤੂੰ ਥੱਲੇ ਰਾੜ ਦਾ ਨੱਪੇ ਨੂੰ ਨੱਪ ਤੂੰ ਮੈਂ ਖੋਲ ਮੈਂ ਕਿਹਾ ਫੜ ਦੇ ਲੈ ਵੇਖ ਲੈਨੇ ਕੋਈ ਸਵਾ ਮੁਰੇ ਲੋਕ ਲੱਗਿਆ ਲੋਕ ਲੱਗਿਆ ਤੂੰ ਚਾਬੀ ਤਾਂ ਖੋਲੂਗਾ ਦੋਲੇ ਤਾਂ ਹੈ ਨਹੀਂ ਜ਼ੋਰ ਕਿੱਥੋਂ ਲਏਗਾ ਓਏ ਨਾ ਕਰ ਯਾਰ ਓ ਕਿਹੜਾ ਕਪੜਾ ਦਾ ਚੋਰਾਂ ਹਰਕਤਾਂ ਜਾਂਦੀਆਂ ਟਰੈਕਟਰ ਆ ਕਿਵੇਂ ਹਿੱਲਿਆ ਸੀ ਟਾਇਰ ਕੱਸਦੇ ਆ ਹੋ ਗਿਆ ਓਕੇ ਹੁਣ ਬਸ ਆਹ ਟਾਇਰ ਰਹਿ ਗਿਆ ਕੱਸ ਕੇ ਤੇ ਫਿਰ ਕਰਦੇ ਆ ਚੈੱਕ ਚੁੱਕ ਟਾਇਰ ਟੂਰ ਕਾਲੇ ਵੀ ਤੇ ਹੁਣ ਪਾਣੀ ਪਾਉਣਾ ਆ ਪਾਣੀ ਪਾਉਣ ਨੂੰ ਖਲਤਾ ਟਰੈਕਟਰ ਤੇ ਆਪਣੇ ਵਾਲਾ ਆਪਾਂ ਲਾਏ ਸੀਗੇ ਘਰੇ ਟਾਇਰ ਚੇਂਜ ਕਰਕੇ ਤੇ ਬਾਕੀ ਸ਼ਾਮ ਤਾਈਂ ਕਰ ਦਿਆਂਗੇ ਚਾਲੂ ਚੈੱਕ ਕਰਨੇ ਤੇ ਪਾਣੀ ਪੂਣੀ ਪਾ ਕੇ ਇੱਥੇ ਆ ਗਏ ਸੀ ਮੰਡੀ 'ਚ ਤੇ ਸੇਵਕ ਵੀ ਆ ਗਿਆ ਸੀਗਾ ਆਪਦੇ ਵਾਲਾ ਸਪੈਸ਼ਲ ਐਡੀਸ਼ਨ ਲੈ ਕੇ ਕਪਤਾਨ ਵਾਲਾ ਮਿਊਜ਼ਿਕ ਸਿਸਟਮ ਇਹਦੇ ਸਪੋਂਸਰ ਹੋਇਆ ਹੋਇਆ ਸ਼ੁਰੂ ਕਰਦੇ ਆ ਚੈੱਕ ਕਰਦੇ ਆ ਪੋਲੈਂਡ ਜਮਾ ਨਵੇਂ ਟਾਇਰ ਆ ਮੋਏ ਮੋਹੋ ਨਵੇਂ ਟਾਇਰ ਪਚਵੰਜਾ ਦੀ ਰੇਸ ਵੀ ਲਾਤੀ ਸੀਗੀ ਉਦੋਂ ਵਲੌਗ ਨਹੀਂ ਬਣਾਇਆ
ਚੱਲਾਂਗੇ ਕੋਈ ਨਹੀਂ, ਚੱਲਣ ਦਾ ਫਿਕਰ ਆ। ਔਖਾ ਹੀ ਤੁਹਾਡੇ ਦੋਨਾਂ ਦਾ। ਅੰਦਾਜ਼ਾ ਪੁੱਛ ਕੇ ਅਸੀਂ ਤੈਰਾਂ ਨੂੰ ਮਾੜਾ ਕਿੰਨੇ ਟਾਈਮ 'ਚ ਤਿਆਰ ਹੋਣ, ਬੋਲਦੀ ਤੁਹਾਡੀ ਦਾ ਪੱਕੇ ਤਿਆਰ ਹੋ ਜਾਣਾ ਰਾਤ ਰਾਤ ਤੇ ਛੱਡ ਦੋ ਲਓ ਬਈ ਕਰੀ ਜਾਂਦੇ ਆ ਚੈੱਕ। ਐ ਨਹੀਂ ਕੋਈ ਦਰਖਤ ਨਾਲ ਬੰਨ ਕੇ ਪਿੱਲਰ ਨਾਲ ਬੰਨ ਕੇ ਫੁੱਲ ਰੇਸ ਕਰ, ਦਰਖਤ ਨਾਲ ਹੀ ਬੰਨੇ ਆ ਰੇਸ ਫੁੱਲ ਹੋਵੇ ਫੇਰ ਰੇਸ ਤਾਂ ਫੇਰ ਕੰਮ ਕਰਦੇ ਪਾਵੇ ਪਰ ਕਰਨਾ ਨਹੀਂ ਨਾ ਕੋਈ। ਅੱਛਾ ਸਲੋ ਤੇ ਵਧੀਆ ਕਸ ਦੇ ਕੱਢ ਬਾਜ ਦਵਾਂ ਮਾਪੇ ਦੱਸ ਦੂੰ ਕੱਢੀ ਜਾਓ ਬਸ 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 ਕੱਢ ਛੱਡ ਦੇ। ਕੀ ਕਰਤਾ ਓਏ ਓਏ ਨੇ ਬਾਤ ਕਰਤਾ ਓਏ ਕੁਛ ਨਹੀਂ ਹੋਇਆ ਆ ਕਰੂ ਇਹ ਕਰਨਗੇ ਤਿਆਰ ਟਰੈਕਟਰ ਕੁਛ ਨਹੀਂ ਹੋਇਆ ਬਸ ਫਿਰ ਐ ਗੁੱਸਾ ਥੋੜੀ ਕਰਨਾ ਯਾਰ ਕਰੋ 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 ਚੱਲਣ ਦੇ ਮਾੜਾ ਮੱਝ ਥੱਲੇ ਆ ਥੱਲੇ ਹੀ ਬੈਠਾ ਮੇਰੀ ਗੱਲ ਸੁਣਾ ਪਾਣੀ ਨਿਕਲਣਾ ਹਟ ਗਿਆ ਜਾ ਕੇ ਬੈਠਾ ਲਓ ਬਾਈ ਪਾਣੀ ਕੱਢੀ ਜਾਂਦੇ ਨਾਲ ਦੀ ਨਾਲ ਦੀ ਨਾਲ ਇੱਧਰ ਚੈੱਕ ਹੋ ਰਿਹਾ ਟਾਇਰ ਘਸਾਈ ਲੈ ਪਰ ਮੈਨੂੰ ਟਲਾਉਣ ਦਿਓ ਟਾਇਰ ਮੈਂ ਟਲਾਉਣਾ ਖੜ ਜਾ ਲਓ ਬਾਈ ਹੁਣ ਚਲਾਉ ਤੇ ਆਹ ਆਪਣੀਆਂ ਉਹ ਸੁਪਰ ਸੀਡਰ ਦੀਆਂ ਪਲੇਟਾਂ ਜਿਹੜੀਆਂ ਸੀਗੀਆਂ ਆਹ ਵੀ 2-30 ਕਿਲੋ ਦੀਆਂ ਓਏ ਓਏ ਆ ਸੀਟੀ ਆਹ ਦੇਖੋ ਟੌਪ ਮਾਡਲ ਆ ਤੇ ਇਹ ਲਾਈਟਾਂ ਦੇਖੋ ਫੁੱਲ ਤੇ ਆ ਵੀ ਜਗਣਗੀਆਂ ਨਹੀਂ ਤਾਂ ਆ ਜਗਣਗੀਆਂ ਤੇ ਪਿੱਛੀਆਂ ਵੀ ਦੇਖ ਲਓ ਐਲ ਈ ਡੀ ਆ
2024 ਮਾਡਲ ਹੈ ਇਹ ਰਾਈਡਰ। ਅੱਜ ਦੇ ਵਲੌਗ 'ਚ ਇੰਨੇ ਹੀ, ਅਤੇ ਬਾਕੀ ਆਪਾਂ ਨੈਕਸਟ ਵਲੌਗ 'ਚ ਅਗਲੇ ਪਾਰਟ 'ਚ ਪਾਵਾਂਗੇ।